ਤੇ ਚਪੇੜ ਮਾਰਨੀ ਹੈ ਨਾ ਖਰਚ। ਆਹ ਦੇਖੋ ਜੀ ਆਹ ਬੰਦਾ ਦੋ ਤਿੰਨ ਜਣਿਆਂ ਨੇ ਕਿੱਦਾਂ ਬਾਬੇ ਨੂੰ ਸਾਧ ਨੂੰ ਕੁੱਟਿਆ। ਇਹ ਕੌਣ ਹੈ ਭਾਜੀ? ਇਹ ਮੈਨੂੰ ਲੱਗਦਾ ਮੁੰਡਾ। ਆਹ ਦੇਖੋ ਬਾਬੇ ਨਾਲ, ਦੇਖੋ ਸਾਧ ਨਾਲ ਕਿੱਦਾਂ ਧੱਕਾ ਚੱਲ ਰਿਹਾ। ਦੇਖੋ ਬਾਬੇ ਨੂੰ ਬੇਚਾਰੇ ਨੂੰ ਕਿੱਦਾਂ ਕੁੱਟ ਰਹੇ। ਡੇਰੇ ਤੇ ਮੌਜੂਦ ਇੱਕ ਸਾਧ ਦੀ ਲੋਕਾਂ ਵੱਲੋਂ ਖੂਬ ਕੁੱਟਮਾਰ ਕੀਤੀ ਗਈ ਹੈ ਤੇ ਉਸ ਨੂੰ ਜਟਾਵਾਂ ਤੋਂ ਫੜ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈਆਂ ਨੇ, ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਦਰਜਣਾ ਲੋਕ ਆਉਂਦੇ ਨੇ ਤੇ ਡੇਰੇ ਤੇ ਮੌਜੂਦ ਇਸ ਸਾਧ ਤੇ ਟੁੱਟ ਪੈਂਦੇ ਨੇ ਤੇ ਉਸਦੀ ਜਟਾਵਾਂ ਤੋਂ ਫੜ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਨੇ। ਇਹ ਮਾਮਲਾ ਗੜਸ਼ੰਕਰ ਦੇ ਪਿੰਡ ਲਸਾੜਾ ਤੋਂ ਸਾਹਮਣੇ ਆਇਆ, ਜਿੱਥੇ ਡੇਰਾ ਥੱਪਲ ਕਿਲੇ ਦੇ ਮੁੱਖ ਸੇਵਾਦਾਰ ਸੀਤਾ ਰਾਮ ਦੇ ਉੱਤੇ ਇਹਨਾਂ ਲੋਕਾਂ ਵੱਲੋਂ ਹਮਲਾ ਕੀਤਾ ਗਿਆ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਸਿਵਲ ਹਸਪਤਾਲ ਗੜਸ਼ੰਕਰ ਦੇ ਵਿੱਚ ਇਲਾਜ ਦੌਰਾਨ ਉਹਨਾਂ ਨੇ ਦੱਸਿਆ ਕਿ ਜਦੋਂ ਉਹ ਡੇਰੇ ਦੇ ਵਿੱਚ ਮੌਜੂਦ ਸੀ ਤਾਂ 25 ਦੇ ਕਰੀਬ ਵਿਅਕਤੀ ਡੇਰੇ ਦੇ ਬਾਹਰ ਪਹੁੰਚੇ ਅਤੇ ਭੱਦੀ ਸ਼ਬਦਾਵਲੀ ਬੋਲਣ ਲੱਗ ਗਿਆ ਤੇ ਜਦੋਂ ਉਹ ਬਾਹਰ ਨਿਕਲੇ ਤਾਂ ਉਹਨਾਂ ਉੱਤੇ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਅਤੇ ਡੇਰੇ ਨੂੰ ਖਾਲੀ ਕਰਨ ਦੀ ਧਮਕੀ ਵੀ ਦਿੱਤੀ ਤੇ ਉਹਨਾਂ ਨੂੰ ਜਾਨੋਂ ਮਾਰਨ ਦੀ ਵੀ ਧਮਕੀ ਦਿੱਤੀ। ਉੱਥੇ ਦੂਜੇ ਪਾਸੇ ਡੇਰੇ ਦੇ ਸੇਵਾਦਾਰਾਂ ਨੇ ਕਿਹਾ ਕਿ ਸਾਧ ਉੱਤੇ ਇਸ ਤਰ੍ਹਾਂ ਹਮਲਾ ਕਰਨਾ ਬਹੁਤ ਹੀ ਮੰਦਭਾਗ ਹੈ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਨਾਮ ਸੀਤਾ ਰਾਮਦਾਸ ਤਰਪੰਨਾ ਚਾਰੇ ਹੈ। ਮੈਂ ਆਪਣੇ ਡੇਰੇ ਮੇ ਬੈਠਾ ਹੁਆ ਥਾ ਤੋ ਮੈਨੇ ਦੇਖਾ ਕੁਛ ਆਵਾਜ਼ ਆ ਰਹੀ ਹੈ, ਫਿਰ ਆਵਾਜ਼ ਆਨੇ ਕੇ ਉਪਰੰਤ ਦੇਖਾ ਤੋ 20-25 ਬੰਦੇ ਉਪਰ ਕੇ ਤਰਫ ਚੜ ਰਹੇ ਥੇ ਲਾਠੀ ਡੰਟੇ ਔਰ ਤੇਜ਼ਧਾਰ ਹਥਿਆਰ ਕੇ ਸਾਥ। ਫਿਰ ਉਹ ਕਬਜ਼ਾ ਕਰਨੇ ਕੇ ਮਸਰਫ ਸੇ ਆ ਰਹੇ ਥੇ, ਫਿਰ ਹਮ ਬਾਹਰ ਆਏ ਤੋ ਹਮਾਰੇ ਉਪਰ ਡਾਇਰੈਕਟ ਵੇ ਲੋਕ ਮਾਰਾਮਾਰੀ ਚਾਲੂ ਕਰ ਦੀਏ, ਫਿਰ ਹਮੇ ਬਹੁਤ ਸਾਰਾ ਮਾਰ ਮਾਰੇ, ਫਿਰ ਜੋ ਹੈ ਤੋ ਹਮਾਰੇ ਦੋ ਭਗਤੋਂ ਨੇ ਆਇਆ, ਫਿਰ ਹਮਾਰੀ ਸੁਰੱਖਿਆ ਕੀ। ਜੀ ਹਾਂ ਜੀ, ਤੇਜ਼ ਹਦਾਰ ਹਥਿਆਰ ਔਰ ਲਾਠੀ ਡੰਡੋ ਕੇ ਸਾਥ ਮੇ ਥੇ, ਜੋ ਵਹਾਂ ਲਕੜੀ ਥੀ ਸਭ ਉਠਾ ਉਠਾ ਕੇ ਉਸੇ ਵਾਰ ਕਰ ਰਹੇ ਥੇ, ਹਮਾਰੇ ਭਗਤੋਂ ਕੋ ਵੀ ਮਾਰੇ ਤੋ ਹਮਕੋ ਵੀ ਮਾਰਪੀਟ ਕੀਏ ਹੋਏ ਲੋਕ। ਜਬ ਮਾਰ ਰਹੇ ਥੇ ਤੋ ਕਿਆ ਬੋਲ ਰਹੇ ਥੇ? ਬੋਲ ਰਹੇ ਥੇ ਕਿ ਤੁਮ ਡੇਰੇ ਸੇ ਨਟ ਜਾਓ, ਤੁਮ ਯਹਾਂ ਕਿਉਂ ਹੋ, ਹਮ ਆਪਣਾ ਆਦਮੀ ਬਿਠਾਏਂਗੇ, ਕਬਜ਼ਾ ਕਰਨੇ ਕੇ ਮਸਰਫ ਸੇ ਆ ਰਹੇ ਥੇ, ਜਬਕਿ ਅਸੀਂ ਸਭ ਕਾਗਜ਼ ਪੱਤਰ ਕੇ ਸਾਥ ਹੈ। ਸਰ ਮੇਰਾ ਨਾਮ ਸੁਸ਼ੀਲ ਰਾਣਾ, ਪਿੰਡ ਲਸਾੜਾ ਥੱਪੜ, ਅਤੇ ਸਾਡੇ ਮਹਾਰਾਜ ਉੱਪਰ ਸੇਵਾਦਾਰ ਹੈ ਜੀ ਇਹ ਆਪਣੇ ਮਹੰਤ ਸੀਤਾ ਰਾਮਦਾਸ ਜੀ। ਅੱਜ ਤੋਂ 10 ਮਹੀਨੇ ਪਹਿਲਾਂ ਇਹਨਾਂ ਨੂੰ ਮਹੰਤ ਅਵੰਤਿਕਾ ਗਿਰ ਜੀ ਉਹ ਸਮਾ ਗਏ ਸੀਗੇ, ਉਹ ਇਹਨਾਂ ਨੂੰ ਆਪਣੀ ਜਗ੍ਹਾ 'ਤੇ ਗੱਦੀ 'ਤੇ ਬਿਠਾ ਕੇ ਗਏ ਸੀਗੇ ਅਤੇ ਪਿੰਡ ਦੇ ਕੁਛ ਸ਼ਰਾਰਤੀ ਤੱਤਵ ਹੈ ਜਿੱਦਾਂ ਜੱਲੂ ਹੋ ਗਿਆ, ਜੈਨਕ, ਅਤੇ ਇਹ ਵਿੱਚ ਲੰਬੜਦਾਰ ਪ੍ਰਵੀਨ ਵੀ ਹੈ ਜੀ, ਅਤੇ ਅਮਰੀਕ ਲੁਧਿਆਣੇ ਦੇ ਦੋ ਤਿੰਨ ਬੰਦੇ। ਅਤੇ ਅੱਜ ਉਹਨਾਂ ਨੇ ਦੁਪਹਿਰ ਨੂੰ ਕਰੀਬ 12:30-1 ਵਜੇ ਦੇ ਵਿੱਚ ਉੱਪਰ ਡੇਰੇ ਦੇ ਉੱਪਰ ਆ ਕੇ ਇਹਨਾਂ 'ਤੇ ਜਾਨੋਂ ਮਾਰਨ ਦਾ ਹਵਲਾ ਕੀਤਾ, ਉਹ ਸਾਡੇ ਕੋਲ CCTV ਦੀ ਕੈਮਰਾ ਵਿੱਚ ਰਿਕਾਰਡਿੰਗ ਵੀ ਹੈਗੀ ਹੈ ਜੀ, ਅਤੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਗਾਲਾਂ ਕੱਢੀਆਂ ਦੇਣ ਅਤੇ ਤੇਜ਼ ਧਾਰ ਹਥਿਆਰ ਨਾਲ ਵਾਰ ਵੀ ਕੀਤੇ ਜੀ। ਅਸੀਂ ਸਰ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਸਾਡੇ ਸੰਤਾਂ ਨੂੰ ਨਿਆਂ ਮਿਲੇ, ਨਹੀਂ ਤਾਂ ਸਾਡਾ ਹਿੰਦੂ ਸੰਗਠਨ ਹੈ ਫਿਰ ਇਹ ਮੁੱਦਾ ਵਧੂਗਾ, ਕਿਉਂਕਿ ਸੰਤਾਂ ਨਾਲ ਸਾਡੇ ਕੋਲ ਵੀਡੀਓ ਹੈ ਜੀ, CCTV ਕੈਮਰੇ ਵਿੱਚ ਸਾਰਾ ਰਿਕਾਰਡ ਹੋਇਆ ਜੀ, ਉਹ ਸਾਨੂੰ ਇਨਸਾਫ ਚਾਹੀਦਾ ਜੀ ਬਸ ਜਿਹੜੇ ਬੰਦੇ। ਇਹ ਬਹੁਤ ਦੁਖਦਾਈ ਘਟਨਾ, ਜਦੋਂ ਪਤਾ ਲੱਗਾ ਕਿ ਸੰਤ ਮਹਾਂਪੁਰਸ਼ਾਂ 'ਤੇ ਇੱਦਾਂ ਹਮਲਾ ਹੋਇਆ, ਬਹੁਤ ਇਹ ਗੱਲ ਬਹੁਤ ਨਿੰਦਣਯੋਗ ਹੈ। ਸਾਰਿਆਂ ਨੂੰ ਪਤਾ ਕਿ ਵੀਡੀਓ ਵਿੱਚ ਰਿਕਾਰਡਿੰਗ 'ਚ ਸਾਰਾ ਕੁਝ ਆਇਆ ਹੋਇਆ ਕਿ ਇੱਕ ਸੰਤ ਮਹਾਂਪੁਰਸ਼ਾਂ 'ਤੇ ਜਾਨਲੇਵਾ ਹਮਲਾ ਹੋਇਆ, ਅਤੇ ਇਸ ਕਰਕੇ ਬਹੁਤ ਮਾੜੀ ਘਟਨਾ ਆ।
ਅਸੀਂ ਇਹੀ ਮੰਗ ਕਰਦੇ ਹਾਂ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਵੇ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਹੀ ਮੰਗ ਕਰਦੇ ਹਾਂ ਕਿ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਜੋ ਵੀ ਜਿਨ੍ਹਾਂ ਨੇ ਵੀ ਇਹ ਹਮਲਾ ਕੀਤਾ ਸੰਤਾਂ 'ਤੇ।